6th class I'm Shilpa Bansal from Government High School Gurunanakpura pyare bachcho aaj asi assignment karange bete paath 16ve di chalukya ate pallav bare jo eh do assignments apan nu state team valon bhejiya gaiyan jide vich ek paragraph ditta hai te questions ditte hai apan oh questions de answer us paragraph chon labne hai te inna nu learn vi karne hai kyunki eh one word de vich vi aa sakde hai ਪਹਿਲਾ ਕੁਐਸਚਨ ਹੈ ਚਾਲੁਕਿਆ ਵੰਸ਼ ਦੇ ਪ੍ਰਸਿੱਧ ਰਾਜੇ ਕਿਹੜੇ ਹੋਏ ਸਨ ਇਹ ਅੰਡਰਲਾਈਨ ਬਿਤੇ ਆਨਸਰਸ ਕਿਤੇ ਗਏ ਹੈ ਤੁਹਾਡੀ ਤਾਂ ਕਿ ਤੁਹਾਨੂੰ ਈਜ਼ੀ ਹੋ ਜੇ ਪੜਨਾ ਇਹਦਾ ਪਹਿਲਾ ਆਨਸਰ ਹੈ ਪੁਲਾਕੇਸ਼ਨ ਪਹਿਲਾ ਅਤੇ ਕੀਰਤੀ ਵਰਮਨ ਦੂਸਰਾ ਹਿਊਨ ਸੰਗ ਚੀਨੀ ਯਾਤਰੀ ਕਿਸ ਦੇ ਰਾਜਕਾਲ ਵਿੱਚ ਭਾਰਤ ਆਇਆ ਸੀ ਉਹ ਆਇਆ ਸੀ ਪੁਲਾਕੇਸ਼ਨ ਦੂਜੇ ਦੇ ਰਾਜ ਵਿੱਚ ਤੀਸਰਾ ਕੁਐਸਚਨ ਹੈ ਪ੍ਰਸ਼ਨ ਹੈ ਚਾਲੁਕਿਆਂ ਨੂੰ ਕਿੰਨਾ ਨੇ ਹਰਾਇਆ ਸੀ ਰਾਸ਼ਟਰਕੂਟਾਂ ਨੇ ਅਗਲਾ ਪੈਰਾ ਦੇਖੋ ਬੇਟੇ ਪ੍ਰਸ਼ਨ ਦੇਖੋ ਪੱਲਵ ਵੰਸ਼ ਦੀ ਨੀ ਕਿਸ ਨੇ ਰੱਖੀ ਸੀ ਸਿੰਘ ਵਰਮਨ ਨੇ ਚਿੱਤਰਕਲਾ ਤੇ ਨਾਚ ਗਾਣੇ ਦਾ ਸ਼ੌਕੀਨ ਕਿਹੜਾ ਪੱਲਵ ਸ਼ਾਸਕ ਸੀ ਮਹਿੰਦਰ ਵਰਮਨ ਪਹਿਲਾ ਪੱਲਵ ਵੰਸ਼ ਦਾ ਅੰਤ ਕਿਸ ਨੇ ਕੀਤਾ ਸੀ ਕਿੰਨਾਂ ਨੇ ਕੀਤਾ ਸੀ 9ਵੀਂ ਸਦੀ ਵਿੱਚ ਚੋਲ ਰਾਜਿਆਂ ਨੇ ਪੱਲਵ ਵੰਸ਼ ਨੂੰ ਹਰਾ ਕੇ ਉਹਨਾਂ ਦਾ ਅੰਤ ਕੀਤਾ ਸੀ ਨੈਕਸਟ 3rd ਪੈਰਾਗ੍ਰਾਫ ਦੇਖੋ ਬੇਟੇ ਉਹਦੇ ਪ੍ਰਸ਼ਨ ਉੱਤਰ ਚਾਲੁਕਿਆ ਰਾਜਾ ਨੇ ਕਿੱਥੇ ਕਿੱਥੇ ਮੰਦਿਰ ਬਣਵਾਏ ਸੀ ਐਹੋਲ ਵਤਾਪੀ ਤੇ ਪਟ ਦੱਕਲ ਵਿੱਚ ਕਿਹੜੇ ਦੇਵਤਿਆਂ ਦੀ ਪੂਜਾ ਕਰਦੇ ਸੀ ਚਲੁੱਕਿਆ ਰਾਜੇ ਬ੍ਰਹਮਾ ਵਿਸ਼ਨੂੰ ਅਤੇ ਸ਼ਿਵ ਚਲੁੱਕਿਆ ਰਾਜਾ ਨੇ ਕਿਸ ਧਰਮ ਨੂੰ ਸਰਪ੍ਰਸਤੀ ਦਿੱਤੀ ਜੈਨ ਧਰਮ ਨੂੰ ਅਗਲੇ ਪ੍ਰਸ਼ਨ ਦੇਖੋ ਪੱਲਵ ਰਾਜਾ ਨੇ ਗੁਫਾ ਮੰਦਰਾਂ ਦਾ ਨਿਰਮਾਣ ਕਿੱਥੇ ਕਰਵਾਇਆ ਮਹਾਬਲੀਪੁਰਮ ਵਿੱਚ ਸਮੁੰਦਰ ਦੇ ਕੰਢੇ ਤੇ ਕੈਲਾਸ਼ਨਾਥ ਨਾਮ ਦਾ ਪ੍ਰਸਿੱਧ ਮੰਦਰ ਕਿਹੜੇ ਸ਼ਹਿਰ ਵਿੱਚ ਬਣਵਾਇਆ ਗਿਆ ਹੈ ਕਾਂਚੀ ਦੇ ਵਿੱਚ ਪੱਲਵ ਰਾਜੇ ਮੁੱਖ ਤੌਰ ਤੇ ਕਿਸ ਧਰਮ ਨੂੰ ਮੰਨਦੇ ਸਨ ਜੈਨ ਅਤੇ ਸ਼ੈਵ ਧਰਮ ਨੂੰ ਇਹਨਾਂ ਕੁਐਸ਼ਨਸ ਨੂੰ ਲਿਖ ਕੇ ਤੁਸੀਂ ਆਨਸਰ ਆਨਸਰ ਲਿਖ ਲਓ ਪੂਰਾ ਪੈਰਾ ਲਿਖਣ ਦੀ ਨਹੀਂ ਲੋੜ ਤੇ ਉਹਨਾਂ ਆਨਸਰਸ ਨੂੰ ਲਰਨ ਕਰ ਲਓ ਬੇਟੇ ਇਹ ਤੁਹਾਡਾ ਅੱਜ ਦਾ ਤੇ ਕੱਲ ਦੀ ਅਸਾਈਨਮੈਂਟ 6ਵੀਂ ਕਲਾਸ ਦੀ ਆਈ ਸੀ ਇਹ ਤੁਹਾਡਾ ਅੱਜ ਦਾ ਕੰਮ ਹੈ ਤੁਸੀਂ ਇਹਨੂੰ ਕੰਪਲੀਟ ਕਰ ਲੈਣਾ ਹੈ ਕੱਲ ਵਾਲਾ ਕੰਮ ਨਵੀਂ ਵੀਡੀਓ ਬਣਾ ਕੇ ਤੁਹਾਨੂੰ ਸ਼ੇਅਰ ਕੀਤੀ ਜਾਊਗੀ ਕੀਪ ਸਬਸਕ੍ਰਾਈਬਿੰਗ ਸ਼ੇਅਰਿੰਗ ਐਂਡ ਲਾਈਕਿੰਗ ਆਲਸੋ ਤਾਂ ਕਿ ਤੁਹਾਨੂੰ ਵੀਡੀਓਜ਼ ਟਾਈਮਲੀ ਮਿਲ ਸਕਣ ਥੈਂਕ ਯੂ एवरीवन ਬੇਟੇ